ਇੱਥੇ ਘੋੜਿਆਂ ਦੀ ਮੰਡੀ ਲੱਗਦੀ ਹੈ ਤੇ ਮੈਨੂੰ ਯਾਦ ਹੈ ਜਦੋਂ ਆਪਣੀ ਸਰਕਾਰ ਬਣੀ ਤੇ ਮੈਂ ਆਉਂਦਾ ਹੁੰਦਾ ਸੀ ਹਰ ਮੰਡੀ ਚ ਮੈਂ ਗੇੜਾ ਜ਼ਰੂਰ ਕੱਢਦਾ ਹੁੰਦਾ ਸੀ ਮੈਂ ਦੇਖਿਆ ਕਿ ਆਪਣੇ ਉਦੋਂ ਜ਼ਿਆਦਾ ਨੁਕਰਿਆਂ ਦਾ ਜ਼ਿਆਦਾ ਸ਼ੌਂਕ ਸੀ ਤੇ ਮੈਂ ਸੋਚਿਆ ਕਿ ਆਪਣੇ ਨੌਜਵਾਨਾਂ ਚ ਜਾਨਵਰਾਂ ਪ੍ਰਤੀ ਬੜਾ ਪਿਆਰ ਹੈ ਆਪਣੇ ਪੰਜਾਬੀਆਂ ਚ ਤੇ ਮੈਂ ਕਿਹਾ ਇਹਦੀ ਕੁਆਲਿਟੀ ਇੰਪਰੂਵ ਕਰਨੀ ਬੜੀ ਲੋੜ ਹੈ ਉਦੋਂ ਇੰਨੀ ਚੰਗੀ ਕੁਆਲਿਟੀ ਨਹੀਂ ਹੁੰਦੀ ਸੀ ਤੇ ਮੈਂ ਫੈਸਲਾ ਕੀਤਾ ਕਿ ਆਪਾਂ ਇਹਨੂੰ ਪੂਰਾ ਬੈਸਟ ਬਣਾਉਣੇ ਹੈ ਆਪਣੀ ਬਰੀਡ ਪੰਜਾਬ ਦੀ ਤੇ ਅਸੀਂ ਮੇਲੇ ਸ਼ੁਰੂ ਕਰ ਦਿੱਤੇ ਹਰ ਸਾਲ ਪ੍ਰਾਈਜ਼ ਮਨੀ ਰੱਖਦੇ ਸੀ ਤੇ ਹੌਲੀ ਹੌਲੀ ਮੈਂ ਦੇਖਿਆ ਕਿ ਪੰਜਾਬ ਦੇ ਨੌਜਵਾਨਾਂ ਨੇ ਅਲੱਗ ਅਲੱਗ ਸੂਬਿਆਂ ਤੋਂ ਜਿਹੜੀ ਬੈਸਟ ਕੁਆਲਿਟੀ ਦੇ ਜਾਨਵਰ ਭਾਵੇਂ ਘੋੜੇ ਹੈ ਭਾਵੇਂ ਗਾਵਾਂ ਹੈ ਭਾਵੇਂ ਮੱਝਾਂ ਹੈ ਭਾਵੇਂ ਕੁਛ ਵੀ ਹੋਏ ਇੱਥੇ ਹੌਲੀ ਹੌਲੀ ਲਿਆਉਣ ਲੱਗ ਗਏ ਤੇ ਹਰ ਸਾਲ ਅਸੀਂ ਇਹਦਾ ਪ੍ਰਾਈਜ਼ ਮਨੀ ਵੀ ਵਧਾਉਂਦੇ ਸੀ ਤੇ ਇਹਨੂੰ ਹੋਰ ਅੱਗੇ ਲੈ ਕੇ ਜਾਂਦੇ ਸੀ ਪਰ ਜਦੋਂ 7 ਸਾਲ ਪਹਿਲੇ ਆਪਣੀ ਸਰਕਾਰ ਗਈ ਤੇ ਮੈਨੂੰ ਲੱਗਦਾ ਸਾਰੇ ਰੁਲ ਰਲ ਗਏ ਸਾਰੇ ਤੇ ਇਹ ਕੰਮ ਕੁੰਮ ਸਾਰਾ ਰੁਕ ਗਿਆ ਜਿਵੇਂ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਕਬੱਡੀ ਨੂੰ ਆਪਾਂ ਕਰੋੜਾਂ ਦੀ ਬਣਾ ਦਿੱਤੀ ਤੇ 7 ਸਾਲ ਹੋ ਗਏ ਉਹ ਵੀ ਬੰਦ ਹੈ ਮੈਂ ਜਿੰਨੇ ਘੋੜਿਆਂ ਦੇ ਪ੍ਰੇਮੀ ਹੈ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿਸੇ ਨੂੰ ਮਿੰਤਾ ਮੁੰਤਾ ਕਰਨ ਦੀ ਲੋੜ ਨਹੀਂ ਔਕੇ ਸੌਕੇ 3 ਸਾਲ ਟਪਾ ਲਓ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੀ ਗੱਲ ਨੋਟ ਕਰਿਓ ਮੈਂ ਤਾਂ ਪਿਛਲੀ ਵਾਰ ਵੀ ਕਿਹਾ ਸੀ ਕਿ ਜੇ ਆਪਣੀ ਸਰਕਾਰ ਬਣਦੀ ਹੈ ਮੈਂ ਅਨਾਊਂਸ ਕੀਤਾ ਸੀ ਉਦੋਂ ਵੀ ਆ ਜਿਹੜੇ ਥਰੋਬ੍ਰੈਡ ਲੈ ਕੇ ਆਉਂਦੇ ਨਾ ਬਾਹਰਲੇ ਮੁਲਕੋਂ ਉਹ ਸਾਰੇ ਭੁੱਲ ਜਾਣਗੇ ਮੈਂ ਪੰਜਾਬ ਵਿੱਚ ਬੰਬੇ ਟਰਫ ਕਲੱਬ ਤੋਂ ਵਧੀਆ ਰੇਸ ਕੋਰਸ ਬਣਾਉਣਾ ਕੱਲੇ ਮਾਰਵਾੜੀ ਘੋੜਿਆਂ ਦੀ ਰੇਸ ਦਾ ਜਿਹੜੀ ਫਾਈਨਲ ਡਰਬੀ ਹੋਊਗੀ ਮੇਰੀ ਨੋਟ ਕਰ ਲਿਓ ਜਿਹੜੇ ਹਰ ਸਾਲ ਦਾ ਫਾਈਨਲ ਡਰਬੀ ਹੋਇਆ ਕਰੂਗੀ ਉਹ 10 ਕਰੋੜ ਰੁਪਿਆ ਨਾਮ ਹੋਊਗਾ ਉਹਦਾ ਤੇ ਹਰ ਸੈਟਰਡੇ ਸੰਡੇ ਰੇਸਿਸ ਹੋਣਗੀਆਂ ਤੇ ਹਰ ਸੈਟਰਡੇ ਸੰਡੇ ਪ੍ਰਾਈਜ਼ ਮਨੀ ਹੋਇਆ ਕਰੂਗੀ ਤੇ ਆਪਣਾ ਆਹ ਜਿਹੜੀ ਆਪਣੇ ਮਾਰਵਾੜੀ ਘੋੜੇ ਹੈ ਦੇਖੋ ਮੈਂ ਤਾਂ ਕਹਿੰਦਾ ਹੁਣ ਚੰਗੇ ਚੰਗੇ ਰੱਖਣ ਲੱਗ ਜਾਓ ਤੇ ਐਜਾ ਮਾਹੌਲ ਬਣਾ ਕੇ ਦੇਵਾਂਗੇ ਨਾਲੇ ਮੁਕਤਸਰ ਹਰ ਵਾਰ ਰੌਲਾ ਆ ਪੈਂਦਾ ਰਹਿੰਦਾ ਮੰਡੀ ਦੇਣੀ ਨਹੀਂ ਦੇਣੀ ਆਪਾਂ ਪਿੱਛੇ ਜੋ ਬਣਾਵਾਂਗੇ ਮੰਡੀ ਬਣਾਵਾਂਗੇ ਮੇਨ ਰੋਡ ਤੇ ਭਾਵੇਂ 100 ਕਿੱਲਾ ਚਾਹੀਏ ਐ ਜੀ ਮੰਡੀ ਬਣਾ ਦਾਂਗੇ ਪੱਕੀ ਮੰਡੀ ਨਾਲੇ ਅਸੀਂ ਹਾਰਸ ਐਸੋਸੀਏਸ਼ਨ ਬਣਾ ਕੇ ਉਹਨਾਂ ਨੂੰ ਹੈਂਡ ਓਵਰ ਕਰ ਦੇਣੀ ਹੈ ਸੋ ਦੈਟ ਆਪਾਂ ਨੂੰ ਕਿਸੇ ਦੇ ਕੋਈ ਮਿੰਤਾ ਮੁੰਤਾ ਕਰਨ ਦੀ ਲੋੜ ਨਹੀਂ ਆਹ ਇੱਕ ਅਜਿਹਾ ਸ਼ੌਂਕ ਹੈ ਆਪਣੇ ਪੰਜਾਬੀਆਂ ਦਾ ਸ਼ੌਂਕ ਹੈ ਤੇ ਮੈਂ ਦੇਖਿਆ ਜਿੰਨਾ ਸ਼ੌਂਕ ਇੱਥੇ ਹੈ ਮੈਂ ਦੇਖਿਆ ਉਹਨਾਂ ਦੂਜੇ ਸੂਬਿਆਂ ਚ ਇੰਨਾ ਨੀ ਦੂਜੇ ਸੂਬਿਆਂ ਚ ਐਜਾ ਮਾਹੌਲ ਨੀ ਬਣਾਇਆ ਆਹ ਬਾਹਰਲੇ ਸੂਬੇ ਹੁਣ ਬਣ ਲੱਗਿਆ ਆਪਾਂ ਨੂੰ ਦੇਖ ਕੇ ਆਪਣੇ ਜਿਹੜੇ ਮੈਚ ਦੇਖ ਕੇ ਆਪਣੇ ਜਿਹੜੇ ਆ ਜਿਹੜੇ ਤੁਸੀਂ ਸ਼ੋਅ ਕਰਾਉਣੇ ਹੋਣੇ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਪਿਛਲੇ 7-8 ਸਾਲ ਜਦੋਂ ਸਰਕਾਰਾਂ ਆਪਣੀ ਜ਼ਿੰਮੇਵਾਰੀ ਭੁੱਲ ਗਈਆਂ ਤੇ ਨੌਜਵਾਨ ਜਿਹੜੇ ਜਿਹੜੇ ਘੋੜੇ ਜਿਹੜੇ ਪਾਲਦੇ ਆ ਉਹ ਇਕੱਠੇ ਹੋ ਕੇ ਉਹ ਸ਼ੋਅ ਕਰਾਉਣ ਲੱਗ ਗਏ ਤੇ ਮੈਨੂੰ ਬੜਾ ਚੰਗਾ ਲੱਗਦਾ ਜਦੋਂ ਹਰ 2-3 ਮਹੀਨਿਆਂ ਬਾਅਦ ਕਿਤੇ ਨਾ ਕਿਤੇ ਆ ਸ਼ੋਅ ਹੁੰਦਾ ਉਹਦੇ ਨਾਲ ਹੋਰ ਲੋਕੀ ਜੁੜਦੇ ਆ ਤੇ ਆ ਜਿਹੜਾ ਸ਼ੌਂਕ ਹੈ ਇਹਦਾ ਸ਼ੌਂਕ ਹੈ ਜਿਹੜਾ ਮੈਨੂੰ ਲੱਗਦਾ ਬਹੁਤ ਵਧੀਆ ਸ਼ੌਂਕ ਹੈ ਮੈਨੂੰ ਆਪ ਸ਼ੌਂਕ ਹੈ ਮੇਰੇ ਕੋਲੇ ਤਕਰੀਬਨ 70 ਘੋੜੇ
ਮਾਰਵਾੜੀ ਤੇ ਦੂਜੇ ਮੇਰੇ ਕੋਲੇ ਹੈਗੇ। ਮੈਂ ਵੀ ਜਦੋਂ ਪਿੰਡ ਬਾਦਲ ਆਉਣਾ ਸਭ ਤੋਂ ਪਹਿਲੇ ਘਰ ਦੇ ਅੰਦਰ ਵੜਨ ਤੋਂ ਪਹਿਲੇ ਮੈਂ ਆਪਣੇ ਸਟੇਬਲ ਜਾਣਾ ਦੇਖ ਕੇ ਅੱਧਾ ਘੰਟਾ ਲਾ ਕੇ ਤੇ ਫਿਰ ਆਪਣੇ ਘਰੇ ਜਾਣਾ। ਦੇਖੋ ਜਾਨਵਰਾਂ ਦਾ ਨਾਲ ਸ਼ੌਂਕ ਰੱਖਣਾ, ਪਿਆਰ ਰੱਖਣਾ ਇੱਕ ਬਹੁਤ ਵੱਡੀ ਵਧੀਆ ਚੀਜ਼ ਹੈ। ਹੁਣ ਵੀ ਮੇਰੇ ਕੋਲ ਕਈ ਕਿਸਮ ਦੇ ਜਾਨਵਰ ਹੈ ਤੇ ਮੈਂ ਹੁਣ ਇੰਪੋਰਟ ਵੀ ਕਰ ਰਿਹਾ ਵੱਖ ਵੱਖ ਜਾਨਵਰ ਮੇਰੇ ਕੋਲ। ਅਮੈਰੀਕਨ ਮਿਨੀਏਚਰ ਹਾਰਸਿਸ ਦੀ ਟੌਪ ਐਂਡ ਬਰੀਡ ਮੇਰੇ ਕੋਲ ਮੈਂ ਇੰਪੋਰਟ ਕੀਤੀ ਹੈ। ਫੈਲਾਬੈਲਾ ਵੀ ਮੇਰੇ ਕੋਲ ਹੈ, ਜਿਪਸੀ ਹਾਰਸਿਸ ਵੀ ਮੈਂ ਬਾਹਰੋਂ ਇੰਪੋਰਟ ਕੀਤੇ, ਪਿਛਲੀ ਵਾਰ ਤੁਸੀਂ ਦੇਖਿਆ ਹੋਣਾ। ਹੁਣ ਵੀ ਮੈਂ ਲਾਇਸੈਂਸ ਲਿੱਤਾ ਹੈ ਕਿ ਉੱਥੇ ਸਭ ਤੋਂ ਛੋਟੇ ਦੁਨੀਆਂ ਦੇ ਜਿਹੜੇ ਘੋੜੇ ਹੈ ਉਹ ਏਡੇ ਹੁੰਦੇ ਆ, ਮਤਲਬ 32 ਇੰਚ ਦੇ, ਉਹ ਵੀ ਮੈਂ ਬਰੀਡ ਇੱਥੇ ਲੈ ਕੇ ਆ ਰਿਹਾ। ਮੈਂ ਚਾਹੁੰਦਾ ਕਿ ਐਨਕਰੇਜ ਹੋਣ, ਪਰ ਮਾਰਵਾੜੀਆਂ ਤਰਫ ਤਾਂ ਮੇਰਾ ਦਿਲੋਂ ਪਿਆਰ ਹੈ ਤੇ ਮੈਂ ਐਕਟਿਵ ਮੈਂ ਦੇਖਿਆ ਪਿਛਲੇ 4-5 ਸਾਲਾਂ ਚ ਬਹੁਤ ਵਧੀਆ ਤਰੀਕੇ ਨਾਲ ਆ ਮਾਰਵਾੜੀ ਬਰੀਡ ਆਪਣੇ ਪੰਜਾਬ ਚ ਡਿਵੈਲਪ ਹੋਈ ਹੈ, ਕੁਆਲਿਟੀ ਡਿਵੈਲਪ ਹੋਈ ਹੈ। ਤੇ ਮੈਂ ਇੱਕ ਹੋਰ ਵੀ ਵਧਾਈ ਦੇਣਾ ਚਾਹੁੰਦਾ ਸਾਰੇ ਲੋਕਾਂ ਨੂੰ ਕਿ ਤੁਸੀਂ ਜਿੱਥੇ ਜਿੱਥੇ ਵਧੀਆ ਘੋੜਾ ਸਟੈਲੀਅਨ ਮਿਲਦਾ ਪੈਸੇ ਦੀ ਪਰਵਾਹ ਨਹੀਂ ਕਰਦੇ, ਤੁਸੀਂ ਉਹਨੂੰ ਇੱਥੇ ਪੰਜਾਬ ਚ ਹੀ ਲਿਆਉਣੇ ਹੈ। ਤੇ ਇਹਦੇ ਨਾਲ ਕੀ ਹੋ ਗਿਆ ਕਿ ਪੰਜਾਬ ਦੇ ਵਿੱਚ ਜਿਹੜੀ ਕੁਆਲਿਟੀ ਹੈ ਉਹ ਹੁਣ ਹਿੰਦੁਸਤਾਨ ਚ ਬੈਸਟ ਹੋ ਗਈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘੋੜਾ ਜਵਾਲਾਮੁਖੀ, ਹਾਈਟ 69 ਇੰਚ, ਪਿਓ ਸਮੁੰਦਰ, ਸਮੁੰਦਰ ਦੇ ਮਾਲਕ ਬਾਈ ਸਿਮਰਤਪਾਲ ਜੀ ਅਤੇ ਬਾਦਲ ਸਾਹਿਬ ਦਾ ਬੜਾ ਬੜੱਪਣ ਹੈ ਜੀ ਸਾਡੀ, ਅਤੇ ਬਰਾੜ ਸਾਹਿਬ ਦੀ ਰਿਕੁਐਸਟ ਉਹਨਾਂ ਨੇ ਮੰਨੀ ਹੈ ਅਤੇ ਇਸ ਫੋਟੋ ਲਈ ਉਹ ਗਰਾਊਂਡ 'ਚ ਆਏ ਨੇ। ਘੋੜਿਆਂ ਦਾ ਪ੍ਰੇਮ ਤੁਹਾਡੇ ਲਈ ਬਹੁਤ ਉੱਚੇ ਉੱਚੇ ਦੇ ਵੱਡੇ ਦਰਵਾਜ਼ੇ ਖੋਲ੍ਹ ਦਿੰਦਾ, ਜਿੱਥੇ ਲੋਕਾਂ ਦੀ ਐਂਟਰੀ ਲਈ ਅਪੁਆਇੰਟਮੈਂਟਾਂ ਹੁੰਦੀਆਂ ਨੇ, ਤੁਹਾਡੇ ਲਈ ਉਹ ਦਰਵਾਜ਼ੇ ਬੜੇ ਪਿਆਰ ਨਾਲ ਖੋਲ੍ਹੇ ਜਾਂਦੇ ਨੇ। ਇੱਦੋਂ ਵੱਧ ਘੋੜੇ ਤੁਹਾਡੇ ਵਾਸਤੇ ਕੀ ਲੈ ਦੇਣ, ਇਕੱਲਾ ਪੈਸੇ ਇਹ ਕਿੰਨੇ ਦੇ ਵਿਕਦੇ ਆ ਜਾਂ ਕੀ ਖਾਂਦੇ ਆ, ਇਹਨਾਂ ਨੂੰ ਕਿੰਨਾ ਖਰਚਾ ਹੈ, ਉਹ ਗੱਲਾਂ ਤਾਂ ਮਾਮੂਲੀ ਨੇ। ਘੋੜਾ ਜਵਾਲਾਮੁਖੀ, ਹਾਈਟ 69 ਇੰਚ, ਚਿੱਟੇ ਘੋੜੇ ਐਂ ਲੱਗਦੇ ਹੁੰਦੇ ਆ। ਬਹੁਤ ਧੰਨਵਾਦ ਜੀ ਬਾਦਲ ਸਾਹਿਬ ਦਾ ਅਤੇ ਬਰਾੜ ਸਾਹਿਬ ਦਾ ਜਿਹੜਾ ਆਪਣੇ ਘੋੜੇ ਨੂੰ ਲੈ ਕੇ ਇੱਥੇ ਆਏ ਹੈ।
ਬਹੁਤ ਧੰਨਵਾਦ ਜੀ ਬਰਾੜ ਸਾਹਿਬ ਤੁਹਾਡਾ ਬਾਈ ਜੀ, ਬਹੁਤ ਧੰਨਵਾਦ, ਬੜਾ ਧੰਨਵਾਦ।